ਇਹ ਮਹਿਲਾਵਾਂ ਪਹਿਲਾਂ ਬੰਦਿਆਂ ਤੋਂ ਲੁੱਟਦੀਆਂ ਨੇ ਪੈਸੇ, ਇਹਨੇ ਪੈਸੇ ਖੋਏ ਆ ਕੁੜੀ ਨੇ, ਬਹੁਤ ਗੰਦੀ ਆ, ਰੋਜ਼ ਕਰਦੀ ਕੰਮ, ਇਧਰ ਲੈ ਗਿਆ। ਵਿਰੋਧ ਕਰਨ ਤੇ ਛੇੜਛਾੜ ਦੇ ਲਗਾਉਂਦੀਆਂ ਨੇ ਇਲਜ਼ਾਮ। ਆ ਦੇਖੋ ਬਾਜ਼ਾਰ ਦੇ ਵਿੱਚ ਕਿਵੇਂ ਕੀਤਾ ਹੰਗਾਮਾ। ਸੜਕ ਤੇ ਜਾਂਦੇ ਹੁਣ ਤੁਸੀਂ ਵੀ ਧਿਆਨ ਰੱਖਿਓ, ਕਿਉਂਕਿ ਇਹਨਾਂ ਮਹਿਲਾਵਾਂ ਦਾ ਗਰੁੱਪ ਰਾਹ 'ਚ ਜਾਂਦੇ ਬੰਦਿਆਂ ਨੂੰ ਨਿਸ਼ਾਨਾ ਬਣਾਉਂਦਾ, ਜਿਸ ਤੋਂ ਬਾਅਦ ਇਹ ਧੋਖੇ ਨਾਲ ਉਹਨਾਂ ਤੋਂ ਪੈਸੇ ਦੀ ਲੁੱਟ ਕਰਦੀਆਂ ਨੇ। ਤਾਂ ਜਦੋਂ ਬੰਦੇ ਆਪਣੇ ਪੈਸੇ ਵਾਪਸ ਮੰਗਦੇ ਨੇ ਤੇ ਉਹਨਾਂ ਤੇ ਛੇੜਛਾੜ ਦੇ ਇਲਜ਼ਾਮ ਲਗਾਉਂਦੀਆਂ ਨੇ ਤੇ ਸੜਕ ਤੇ ਹੰਗਾਮਾ ਕਰਨ ਲੱਗ ਜਾਂਦੀਆਂ ਨੇ। ਤਾਂ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸੜਕ ਵਿਚਾਲੇ ਇੱਕ ਨੌਜਵਾਨ ਮਹਿਲਾ ਦੇ ਨਾਲ ਹੱਥੋਂ ਪਾਈ ਕਰਦਾ ਹੋਇਆ ਨਜ਼ਰ ਆ ਰਿਹਾ, ਜਿੱਥੇ ਕਿ ਮੌਕੇ ਦੀ ਇਹ ਵੀਡੀਓ ਵੀ ਸਾਹਮਣੇ ਆਈ ਹੈ, ਜਿੱਥੇ ਮਹਿਲਾ ਇਸ ਨੌਜਵਾਨ ਦੇ ਪੈਸੇ ਖੋ ਕੇ ਭੱਜ ਗਈਆਂ। ਤਾਂ ਇਸ ਨੌਜਵਾਨ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਤਾਂ ਇਸ ਸੰਬੰਧੀ ਲੋਕਾਂ ਨੇ ਵੀ ਦੱਸਿਆ ਕਿ ਇਹਨਾਂ ਮਹਿਲਾਵਾਂ ਦਾ ਗਿਰੋਹ ਹੈ ਜੋ ਕਿ 20 ਤੋਂ 25 ਮਹਿਲਾਵਾਂ ਦਾ, ਜੋ ਕਿ ਰਾਹ 'ਚ ਜਾਂਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ ਤੇ ਉਹਨਾਂ ਤੋਂ ਪੈਸੇ ਲੁੱਟਦੀਆਂ ਨੇ। ਅਤੇ ਜਿਵੇਂ ਲੋਕ ਇਹਨਾਂ ਦਾ ਵਿਰੋਧ ਕਰਦੇ ਨੇ ਤੇ ਉਹਨਾਂ ਤੇ ਛੇੜਛਾੜ ਦੇ ਇਲਜ਼ਾਮ ਲਗਾਉਣ ਲੱਗ ਜਾਂਦੀਆਂ ਨੇ, ਜਿਸ ਤੋਂ ਡਰਦੇ ਮਾਰੇ ਇਹ ਲੋਕ ਪੈਸੇ ਦੇ ਦਿੰਦੇ ਨੇ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਲੁੱਟ ਕੀਤੀ ਜਾ ਰਹੀ ਹੈ। ਤਾਂ ਆਮ ਲੋਕਾਂ ਮੁਤਾਬਕ 20 ਤੋਂ 25 ਮਹਿਲਾਵਾਂ ਦਾ ਗਿਰੋਹ ਹੈ ਜੋ ਕਿ ਲੋਕਾਂ ਨੂੰ ਲੁੱਟਦਾ ਹੈ ਤੇ ਫਿਰ ਇਹ ਮੌਕੇ ਤੋਂ ਮਹਿਲਾਵਾਂ ਫਰਾਰ ਹੋ ਜਾਂਦੀਆਂ ਨੇ, ਜਿਸ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿ ਇਸ ਨੌਜਵਾਨ ਨੂੰ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਮੌਕੇ ਤੋਂ ਇਹ ਫਰਾਰ ਹੋ ਜਾਂਦੀਆਂ ਨੇ। ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ 300 ਬੰਦੇ ਨੇ ਹੁਣ ਤੱਕ ਲੁੱਟ ਚੁੱਕੀ ਹੈ? ਭਾਈ ਜਸਟੀਫਾਈ ਇਹੀ ਆ ਵੀ ਇਹਨਾਂ ਨੂੰ ਬੜਾ ਵਾਜਦਾ ਛੋਟਾ ਵਾਜਦਾ ਆ ਔਰ ਖੜੇ ਥੇ ਏਕ ਮੰਗਣ ਵਾਲੇ ਆਈ ਔਰ ਕਹਿਣ ਲੱਗੇ ਜੀ ਭੋਗ ਲੱਗ ਰਹੇ 2000 ਰੁਪਏ ਦਾ, ਉਹਨਾਂ ਜੇ ਸੱਚੇ ਮੈਂ ਤਾਂ ਪੈਸੇ ਘੱਟੇ ਜੀ, ਉਹਨੇ ਇੱਕਦਮ ਹੋਸਕ ਆਪਣੇ ਅੰਡਰ ਮ ਕਰ ਲਿਆ, ਫਿਰ ਉਹ ਪਕੜਾ ਕਹਿਣ ਲੱਗਾ ਕਿ ਮੇਰੇ ਪੀਸੇ ਦੇ ਦਿਓ ਜੀ, ਉਹਨਾਂ ਪੁਲਿਸ ਵਾਲਾ ਕਿਲਾ ਲੈ ਗਏ। ਕਿਤਨੇ ਪੈਸੇ ਛੀਨ ਲਏ? 1000 ਰੁਪਏ ਲੂਟ ਹੋਈ ਹੈ। ਹਾਂ ਜੀ। ਕਿਤਨੇ ਜੋ ਲੜਕੀਆਂ ਦੇ ਉਹ ਕਿਤਨੀ ਜੀ? ਮੈਂ ਤਾਂ ਜੀ 20-25 ਤੇ ਜੀ। ਅੱਛਾ, ਤਾਂ ਪੁਲਿਸ ਕੇ ਪਾਸ ਲੈ ਕੇ ਨਹੀਂ ਗਏ ਆਪ ਉਸਕੋ? ਪੁਲਿਸ ਕੇ ਪਾਸ ਜੀ ਉਹ ਤਾਂ ਪੰਦ ਲਗੇ ਦਿਆ ਮੈਂ ਆਉਣ ਲੱਗ ਜੀ।
तो फिर गए नहीं वो। अच्छा आपके भाई को पकड़ लिया? हाँ जी। आपके भाई को छोड़ दिया अभी? हाँ जी अभी छोड़ा। कितने पैसे लिए? पूछ लिए नहीं जी, हर मार्केट वाला ने छोड़वा दिया। कितने पैसे मांगे तुमसे? 5,000 रुपए मांगे। 5,000 रुपए मांग रहे थे? किस चीज के 5,000 मांग रहे थे? दे रहे हैं जी, उनका बलात्कार का केस लगा दिया। हैं? बलात्कार का केस लगा दिया। अच्छा ਵੀਡੀਓ ਕਾਫੀ ਵਾਇਰਲ ਹੋ ਰਹੀ ਸਰ, ਵੀ ਦੱਸਿਆ ਜਾ ਰਿਹਾ 20-25 ਕੜੀਆਂ ਦਾ ਜਿਹੜਾ ਗਰੋਹ ਹੈ ਤੇ ਲੁੱਟ ਖੋਹ ਕਰਦੇ ਤੇ ਵਾਸਤੇ ਕਾਫੀ ਗਲਤ ਇਲਜ਼ਾਮ ਲਾਏ ਜਾਂਦੇ। ਕੀ ਕਹਿਣਾ ਚਾਹੁੰਦੇ ਬਾਰੇ ਨਾ ਕੋਈ ਸਾਡੇ ਕੋਲ ਇੱਕ ਸਵੇਰੇ ਲੜਕਾ ਆਇਆ ਸੀਗਾ, ਅਸੀਂ ਵੈਰੀਫਾਈ ਕਰ ਲੈਂਦੇ ਹਾਂ, ਵੈਰੀਫਾਈ ਕਰਨ 'ਤੇ ਜਿਹਦੀ ਕਾਰਵਾਈ ਹੋਊਗੀ ਉਹਦੀ ਅਮਲ 'ਤੇ ਲਿਆਤੀ ਜਾਊਗੀ। ਪਰ ਮੈਂ ਵੀ ਮੌਕੇ 'ਤੇ ਜਾ ਕੇ ਆਇਆ ਸੀ, ਲੇਡੀ ਉੱਥੇ ਜਿਹੜੀ ਪੈਂਦਾ ਸੀਗਾ ਨਾ ਉਹਨੂੰ ਵੀ ਬੁਲਾਇਆ ਹੋਇਆ, ਪਰ ਮੁੰਡਾ ਵੀ ਬੁਲਾਇਆ ਹੋਇਆ। ਠੀਕ ਹੈ, ਜਿਹੜੀ ਗੱਲ ਸਾਹਮਣੇ ਆਊਗੀ ਕੋਈ ਇਹੋ ਜਿਹੀ ਛਾਣਬੀਣ ਕਰਕੇ ਜੋ ਮਸਲਾ ਸਾਹਮਣੇ ਜਿਹੋ ਜਿਹੀ ਆਊਗਾ ਸਹੂਲਤ ਵੈਸੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਸਾਹਮਣੇ ਆਇਆ ਇੱਕ ਵੀਡੀਓ ਵਾਇਰਲ ਹੋਈ ਹੈ ਬੱਸ ਸਟੈਂਡ ਦੇ ਵਿੱਚ, ਜਿਹੜੀਆਂ ਲੇਡੀਜ਼ ਨੇ ਮੰਗਣ ਵਾਲੀਆਂ ਦੱਸਿਆ ਜਾ ਰਿਹਾ 20-25 ਕੁੜੀਆਂ ਦਾ ਗਰੋਹ ਹੈ ਤੇ ਮਸਾਫਾ ਦੇ ਨਾਲ ਲੁੱਟ ਖੋ ਕਰਦੇ ਆ। ਨਹੀਂ ਨਹੀਂ ਕੋਈ ਗੱਲ ਨਹੀਂ, ਵੈਸੇ ਦਾ ਨਾ ਆਪਸ ਵਿੱਚ ਉਹਨਾਂ ਦੀ ਟੂਟੂ ਮੈਮ ਹੋਈ ਸੀ, ਕੋਈ ਗੱਲਬਾਤ ਨਹੀਂ। ਉੱਥੇ ਬੱਸ ਸਟੈਂਡ ਦੇ ਨਾ ਮੰਦਰ ਕੋਲ ਰਾਜਸਥਾਨ ਵਾਲੇ ਉਹ ਬਾਹਰ ਬੱਸ ਸਟੈਂਡ ਤੋਂ ਮੰਗਦੇ ਹੁੰਦੇ ਆ, ਉਹ ਗਿਆ ਸੀ ਉੱਥੇ ਮੌਕੇ 'ਤੇ ਜੇ ਸੀ ਅਸੀਂ, ਕੋਈ ਗੱਲਬਾਤ ਨਹੀਂ। ਤੇ ਦੱਸਿਆ ਜਾ ਰਿਹਾ ਮੁਸਾਫਰ ਸੀਗਾ ਉਹਦੇ ਨਾਲ ਲੁੱਟ ਖੋ ਕਰਦੀ, ਕੋਈ ਲੁੱਟ ਖੋ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਦੱਸਿਆ ਉਹਨਾਂ ਨੇ ਆਪ ਦੱਸਿਆ ਮੁਸਾਫਰਾਂ ਨੇ ਕੋਈ ਗੱਲ ਬਣੀ ਵੀ ਬੁਲਾਈਆਂ ਸੀ, ਦੋਨੇ ਬੁਲਾਈਆਂ ਪਾਰਟੀਆਂ, ਕੋਈ ਗੱਲ ਬਣੀ ਹੁੰਦੀ। ਵੈਸੇ ਉਹਨਾਂ ਦੀ ਕਿਤੇ ਫੋਨ ਫਾਨ ਡਿੱਗ ਪਿਆ, ਤੁਹਾਨੂੰ ਫੋਨ ਮਿਲ ਗਿਆ ਥੱਲੇ ਡਿੱਗਾ, ਉਹ ਸ਼ਾਕਾ ਦੇ ਕਰਕੇ ਫੋਨ ਲੇਡੀ ਨੇ ਖੋਲਿਆ ਮੇਰਾ, ਪਰ ਉਹ ਫੋਨ ਉਹਦਾ ਆਪ ਹੀ ਉਹਦੀ ਜੇਬ 'ਚੋਂ ਮਿਲ ਗਿਆ। ਇਹਨਾਂ ਦੇ ਨੱਥ ਪਾਈ ਜਾਊਗੀ ਜਿਹੜੀ ਬੱਸ ਸਟੈਂਡ ਤੇ ਬਾਹਰ ਆਉਂਦੇ ਨੇ, ਅੱਗੇ ਤੁਹਾਨੂੰ ਤੋਰਿਆ ਵੀ ਗਿਆ ਸੀ, ਫਿਰ ਉਹ ਮੰਦਰ 'ਤੇ ਪੂਜਾ, ਉੱਥੇ ਮੰਦਰ ਬਣਿਆ ਨਾ ਉੱਥੇ ਪੂਜਾ ਕਰਦੀਆਂ, ਅੱਗੇ ਤਾਂ ਇਹਨੂੰ ਸਮਝਾ ਕੇ ਕੀ ਤੋਰਤਾ ਵੀ ਇਹਦੀ ਗੱਲ। ਸਰ ਗੱਲ ਕਰੀਏ ਮਾਰਕੀਟ ਦੇ ਲੋਕ ਵੀ ਨੇ, ਮਾਰਕੀਟ ਦੇ ਲੋਕ ਇਹ ਕਹਿ ਰਹੇ ਨੇ, ਕਹਿੰਦੇ ਕਿ ਅੱਜ ਦਿਨ ਇਹੋ ਜਿਹੇ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਆ, ਇਹ ਕੁੜੀਆਂ ਦਾ ਜਿਹੜਾ ਗਰੋਹ ਹੈ ਅਤੇ ਪਹਿਲਾਂ ਤਾਂ ਮੁੰਡਿਆਂ ਦੇ ਨਾਲ ਲੜਕਿਆਂ ਦੇ ਜਿਹੜੇ ਬਾਹਰੋਂ ਆਉਂਦੇ ਨੇ ਪ੍ਰਵਾਸੀ, ਪੈਸੇ ਲੁੱਟ ਲੈਂਦੀਆਂ, ਫਿਰ ਥਾਣੇ ਵਿੱਚ ਜਾ ਕੇ ਆਹ ਵੀ ਸਾਡੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਗੱਲਬਾਤ ਨਹੀਂ, ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ, ਸ਼ਾਂਤੀ ਬਿਲਕੁਲ ਜੀ, ਦੁਕਾਨਾਂ ਰਾਤ ਨੂੰ ਬੰਦ ਹੁੰਦੀਆਂ ਮਾਰਵਾ ਤੋਂ ਬਾਅਦ। ਅਗਰ ਇਹੋ ਜਿਹਾ ਕੋਈ ਪਾਇਆ ਜਾਂਦਾ ਫਿਰ ਕਾਰਵਾਈ ਕੀਤੀ ਜਾਂਦੀ, ਕਾਰਵਾਈ ਕੀਤੀ ਜਾਂਦੀ ਗੱਲ ਸਾਹਮਣੇ। ਕਿਹੜੇ ਚੌਂਕੀ ਹੈ ਸਰ? ਆਪਣੀ ਬੱਸ ਸਟੈਂਡ ਚੌਂਕੀ। ਕੀ ਨਾਮ ਹੈ ਸਰ? ਠੀਕ ਹੈ।